ਇਹਨਾਂ ਵੀ ਹੈਗਾ ਸੀ ਪਿਛਲਾ 9 ਸਾਲਾਂ ਦਾ ਸਰਪੰਚ ਓਮ ਸਿੰਘ ਤੇ ਪਰਮਜੀਤ ਇਹਨਾਂ ਕਪੜਾ ਬਹੁਤ ਕੀਤਾ ਤੇ ਮੇਰੀਆਂ ਅਰਜ਼ੀਆਂ ਹਰ ਦਫ਼ਤਰ ਵਿੱਚ ਲੱਗੀਆਂ ਪਈਆਂ ਨੂੰ ਮੈਂ ਚੰਡੀਗੜ੍ਹ ਵੀ ਭੇਜੀਆਂ ਨੂੰ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਡੀਡੀਪੀ ਨੇ ਮੈਂ ਉਹਦੇ ਬਾਰੇ ਮੰਗ ਕੀਤੀ ਏ ਵੀ ਸਾਨੂੰ ਸਾਰਾ ਦਿੱਤਾ ਜਾਵੇ ਮੈਂ 5000 ਵਿਕਾਸ ਸੈਕਟਰੀ ਨੂੰ ਦਿੱਤਾ ਸੀ ਤੇ ਮੈਨੂੰ ਉਹਨੇ ਵੀ ਅਧੂਰਾ ਰਿਕਾਰਡ ਦਿੱਤਾ ਹੈ ਜਿਹੜਾ ਰਿਕਾਰਡ ਮੇਰੇ ਕੋਲ ਪਹੁੰਚਾ ਹੈ ਉਹਦੇ 'ਚ ਬਹੁਤ ਕਪੜਾ ਹੈ ਬਾਹਰ ਦੇ ਪਿੰਡਾਂ ਦੇ ਸਰਪੰਚਾਂ ਨੇ ਇੱਥੋਂ ਲਾਈਆਂ ਸੀ ਉਹ ਇਹਨੇ ਮਤੇ 'ਚ ਪਾ ਕੇ ਇਹ 30-40 ਲੱਖ ਦਾ ਇਹਨੇ ਕਪੜਾ ਮਾਰ ਲਿਆ ਇਹ ਪਤਾ ਨਹੀਂ ਕਿੱਥੇ ਗੁੰਮ ਨੇ ਇੱਥੋਂ ਕੀਤੀਆਂ ਸਾਰਾ ਹੁਣ ਅਸੀਂ ਇਹ ਕਾਰਵਾਈ ਕਰਾਵਾਂਗੇ ਵੀ ਜਿਹੜਾ ਉਹਨੇ ਕਪੜਾ ਕੀਤਾ ਤੇ ਮੈਂ ਇਹ ਮਗਰ ਲੱਗਾਂ ਦੀ ਮੇਰਾ ਸਾਬ ਦੇਵੇ ਸਾਰਾ ਜਿਹੜਾ ਪੰਚਾਇਤ ਦਾ ਬਣਦਾ ਜਿਹੜੀ ਪਿਛਲੀ ਸਰਕਾਰ ਨੇ ਜੋ ਮੰਨ ਲਓ ਪੰਚਾਇਤ ਸੀ ਬਣੀ ਸੀ ਉਹਨਾਂ ਨੇ ਜਿਹੜਾ ਸਰਕਾਰ ਨੇ ਪੈਸਾ ਦਿੱਤਾ ਸੀ ਉਹ ਪੈਸਾ ਜਿਹੜੇ ਸਾਡੇ ਵਿਕਾਸ ਲਈ ਇੰਨਾ ਪੈਸਾ ਬਹੁਤ ਆਇਆ ਸੀ ਪਰ ਵਿਕਾਸ ਨਹੀਂ ਹੋਇਆ ਜੀ ਆ ਪਿੰਡਾਂ ਦਾ ਹਾਲ ਦੇਖ ਲਓ ਜੀ ਬੁਰਾ ਹਾਲ ਹੈ ਜੀ ਪਿਛਲੇ 5 ਸਾਲਾਂ ਦਾ ਜਿਹੜੀ ਸਾਡੇ ਹੁਣ ਸਰਕਾਰ ਕਾਂਗਰਸ ਜਿਹੜੇ ਗ੍ਰਾਂਟ ਆਏਗੀ ਅਸੀਂ ਉਹ ਵਿਕਾਸ ਕਰਾਵਾਂਗੇ ਜੋ ਪਿੰਡ ਦਾ ਬਣਦਾ ਜਿਹੜਾ ਸਾਰਾ ਵੀ ਅਸੀਂ ਪਿੰਡ ਦੇ ਵਿਕਾਸ ਕਰਾਉਣਾ ਪਹਿਲੇ ਨੰਬਰ ਤਾਂ ਜਿਹੜੇ ਗਲੀਆਂ ਨੇ ਗਲੀਆਂ ਬਿਲਕੁਲ ਹੀ ਅਸਰ ਬੁਰਾ ਹਾਲ ਹੋਇਆ ਪਿਆ ਕਿਉਂ ਜਿਹੜੇ ਦੇਖਦੇ ਆ ਕਹਿੰਦੇ ਵੀ ਗਲੀਆਂ ਦਾ ਆਪ ਦੇਖੋ ਜੀ ਬੁਰਾ ਹਾਲ ਹੈ ਵੀ ਸਰਪੰਚ ਸਾਹਿਬ ਤੁਸੀਂ ਹੁਣ ਵੀ ਸਾਨੂੰ ਜਿੰਨਾ ਭਰਾਵਾਂ ਨੇ ਭੈਣਾਂ ਨੇ ਚੁਣਿਆ ਹੈ ਸਰਪੰਚ ਔਰ ਬਲਾਕ ਸੰਮਤੀ ਮੈਂਬਰ ਬਣਾਇਆ ਹੈ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਵੀ ਜਿਹਨਾਂ ਸਾਨੂੰ ਇੱਥੇ ਤੱਕ ਪਹੁੰਚਾਇਆ ਹੈ ਅਸੀਂ ਉਹਨਾਂ ਨਾਲ ਜਿਵੇਂ ਸਾਨੂੰ ਪਿੰਡ ਵਾਲੇ ਕਹਿਣਗੇ ਵੀ ਆਪਾਂ ਕਰਾਉਣਾ ਬਾਕੀ ਅਸੀਂ ਸਾਨੂੰ ਸਾਡੇ ਮਾਇੰਡ 'ਚ ਹੈ ਸਾਨੂੰ ਪਤਾ ਹੀ ਹੈ ਖੁਦ ਵੀ ਜਿਵੇਂ ਕਿ ਸੜਕਾਂ ਨੇ ਨਾਲੀਆਂ ਨੇ ਜੋ ਵੀ ਸਕੂਲ ਦਾ ਜਾਂ ਬੱਚਿਆਂ ਵਾਸਤੇ ਗਰਾਊਂਡ ਹੈ ਜੋ ਵਿਕਾਸ ਨੇ ਸਭ ਕਰਾਉਣੇ ਸਾਡੇ ਹੱਥ ਜੋੜ ਕੇ ਬੇਨਤੀ ਹੈ ਵੀ ਜਿਹੜੇ ਨੌਜਵਾਨ ਮੁੰਡੇ ਹੈ ਬੱਚੇ ਹੈ ਜਾਂ ਨਵੀਂ ਆਉਣ ਵਾਲੀ ਪੀੜ੍ਹੀ ਅਸੀਂ ਸਭ ਨੂੰ ਇਹ ਹੀ ਬੇਨਤੀ ਕਰਾਂਗੇ ਵੀ ਜੇ ਆਪਾਂ ਨਸ਼ਾ ਨਹੀਂ ਜਿਹੜਾ ਵੀ ਨਸ਼ਾ ਖਤਮ ਕਰਨਾ ਹੈ ਜੋ ਵੀ ਕਿਹੜਾ ਕੋਈ ਨੌਜਵਾਨ ਨਸ਼ਾ ਕਰਦਾ ਹੈ ਉਹਨੂੰ ਅਸੀਂ ਖੁਦ ਅਸੀਂ ਰੋਕਾਂਗੇ ਜੀ ਇਸ ਤੋਂ ਹਟਾਵਾਂਗੇ ਵੀ ਨਸ਼ਾ ਨਹੀਂ ਕਰਨਾ ਨਸ਼ਾ ਮੁਕਤ ਕਰਾਉਣਾ ਹੈ ਜੀ ਜੋ ਕਾਂਗਰਸ ਸਰਕਾਰ ਹੈ ਅਤੇ ਨਸ਼ਾ ਤਾਂ ਮੁਕਤ ਕਰਾਤਾ ਟੋਟਲ ਤਕਰੀਬਨ ਤਾਂ ਖਤਮ ਹੀ ਹੋ ਗਿਆ ਬਾਕੀ ਕੋਈ ਰਹਿੰਦਾ ਹੋਇਆ ਤਾਂ ਅਸੀਂ ਕੋਸ਼ਿਸ਼ ਕਰਾਂਗੇ ਜੀ।